ਤਾਂ ਹਰੇਕ ਕਰਕੇ ਜਾ ਵੜਦਾ ਜੀ, ਆਉਂਦਾ ਉਸ ਵਾਅਦੇ 'ਤੇ ਕੋਈ ਹੈ ਨਹੀਂ। ਹੁਣ ਜਿਵੇਂ ਆਮ ਪਾਰਟੀ ਨੇ 1000 ਰੁਪਈਆ ਆਖਿਆ ਸੀ, ਉਹਨਾਂ ਨੇ ਨਹੀਂ ਦਿੱਤਾ। ਬਾਕੀ ਜਿਹੜੀ ਕਣਕ ਆਉਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ। ਤੁਹਾਡੇ ਪਿੰਡ ਤਾਂ ਸੜਕ 'ਤੇ ਅਕਾਲੀ ਦਲ ਦੇ ਬੜੇ ਝੰਡੇ ਲੱਗੇ। ਅਕਾਲੀ ਦਲ ਦੇ ਤਾਂ ਝੰਡੇ ਉਹੀ ਲੱਗੇ ਆ ਸਾਡੇ ਤਾਂ, ਅਸੀਂ ਵੋਟ ਪਾਟ ਨਹੀਂ ਕਿਸੇ ਨੂੰ ਪਾਉਂਦੇ। ਮੈਨੂੰ ਤਾਂ 40 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ। ਮੇਰਾ ਕਾਰਡ ਦੂਜਾ BPL ਦਾ, ਮੇਰਾ ਤਾਂ ਕਿਸੇ ਨੇ ਇੱਟ ਵੀ ਨਹੀਂ ਦਿੱਤੀ ਵਾਲੀ ਗੱਲ ਕੀ ਹੈ। ਮੈਂ ਤਾਂ ਕਹਿੰਦਾ ਵੀ ਸਾਰੇ ਮਰ ਜਾਣ ਭੈਣ। ਹੁਣ ਭਗਵੰਤ ਮਾਨ ਆਖਦਾ ਮੈਂ ਨੌਕਰੀਆਂ 40,000 ਦੇ ਦਿੱਤੀਆਂ ਅਤੇ ਇੰਨੀਆਂ ਦੇ ਦਿੱਤੀਆਂ, ਅਤੇ ਨੌਕਰੀਆਂ ਕੀ ਪਤਾ ਕਿਹੜੇ ਪਾਸੇ ਦਿੱਤੀਆਂ ਜੀ। ਸਾਡੇ ਪਿੰਡ 'ਚ ਇੱਕ ਮੁੰਡਾ ਨਹੀਂ ਲੱਗਿਆ ਕੋਈ। ਝਾੜੂ ਨੂੰ ਪਾਈਆਂ ਸੀ ਹੈਂ? ਪਾਈਆਂ ਸੀ ਪਹਿਲਾਂ? ਝਾੜੂ ਨੂੰ ਆਪਾਂ ਤਾਂ ਪਾਈਆਂ ਨਹੀਂ ਜੀ, ਆਪਾਂ ਤਾਂ ਅਕਾਲੀ ਦਲ ਨੂੰ ਪਾਈਆਂ, ਜਿਹੜੀ ਗੱਲ ਹੈ ਉਹੀ ਆਖਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ TV ਦੇ ਨਾਲ। ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਅੱਜ ਅਸੀਂ ਆਏ ਹੋਏ ਹਾਂ ਅਤੇ ਇੱਥੋਂ ਦੇ ਲੋਕਾਂ ਤੋਂ ਰਹਿ ਜਾਣਦੇ ਹਾਂ ਵੀ ਇਸ ਵਾਰ ਕੀ ਲੱਗਦਾ, ਕੌਣ ਬਾਜੀ ਮਾਰੂਗਾ। ਹਰਸਿਮਰਤ ਕੌਰ ਬਾਦਲ ਫਿਰ ਤੋਂ MP ਬਣਨਗੇ ਜਾਂ ਐਤਕੀ ਹੋਰ ਕਿਸੇ ਨੂੰ ਮੌਕਾ ਦੇਣਗੇ? ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਂ ਬਾਈ ਜੀ ਤੁਹਾਡਾ? ਬੀਜਾ ਸਿੰਘ ਜੀ। ਕੀ ਲੱਗਦਾ ਵੀ ਐਤਕੀ ਕੌਣ ਮਾਰੂਗਾ ਜੀ? ਐਤਕੀ ਕੋਈ ਪਤਾ ਨਹੀਂ ਲੱਗਦਾ ਜੀ। ਹਾਂ, ਐਤਕੀ ਦਾ ਨਾ ਕੋਈ ਭੇਤ ਹੀ ਨਹੀਂ ਕਿਸੇ ਦਾ ਆ ਰਿਹਾ। ਹਾਂ ਜੀ, ਪਤਾ ਐਤਕੀ ਕੀ ਕਾਰਨ, ਕਿਉਂ ਨਹੀਂ ਪਤਾ ਲੱਗਦਾ? ਕਿਉਂ ਵਾਅਦਾ ਹਰੇਕ ਕਰਕੇ ਜਾ ਵੜਦਾ ਜੀ, ਆਉਂਦਾ ਉਸ ਵਾਅਦੇ 'ਤੇ ਕੋਈ ਹੈ ਨਹੀਂ। ਹੁਣ ਜਿਵੇਂ ਆਮ ਪਾਰਟੀ ਨੇ 1000 ਰੁਪਈਆ ਆਖਿਆ ਸੀ, ਉਹਨਾਂ ਨੇ ਨਹੀਂ ਦਿੱਤਾ। ਬਾਕੀ ਜਿਹੜੀ ਕਣਕ ਆਉਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ, ਅਤੇ ਇਸ ਕਰਕੇ ਕੋਈ ਭੇਤ ਨਹੀਂ ਆਉਂਦਾ। ਆਹ 100 ਦਾ ਜਾਂ ਕਾਂਗਰਸ ਦਾ ਜਾਂ ਅਕਾਲੀਆਂ ਦਾ ਆ ਸਕਦਾ ਇਹਨਾਂ ਦਾ। ਖੁੱਡੀਆਂ ਸਾਹਿਬ ਤਾਂ ਇੱਥੋਂ ਦੇ ਨੇੜੇ ਦੇ ਆ ਤੁਹਾਡੇ ਦੇ, ਉਹਨਾਂ ਨੇ ਕੁਛ ਕੀਤਾ ਕੰਮ ਕਿ ਨਹੀਂ? ਕੁਛ ਨਹੀਂ ਕੀਤਾ ਜੀ। ਉਹਨਾਂ ਕੀਤਾ ਜੀ, ਮੇਰੇ ਮੁੰਡੇ ਦੇ ਕੇਸ ਪਾਇਆ ਸੀ, ਕਤਲ ਦਾ ਕੇਸ ਪਾਇਆ ਸੀ। ਅੱਛਾ। ਹਾਂ, ਜ਼ਮੀਨਾਂ ਦੇ ਸੌਦੇ 'ਚ, ਸੌਦੇ ਤਾਂ ਆਪਾਂ ਕਰਾਉਂਦੇ ਹੀ ਰਹਿੰਦੇ ਹਾਂ। ਕਿਸੇ ਨੇ ਘਪਲਾ ਕਰ ਲਿਆ, ਜੋ ਪੈਸਾ ਆ ਗਿਆ 52 ਲੱਖ ਰੁਪਈਆ, ਉਹ ਸੌਦੇ ਤੋਂ ਮੁੱਕਰ ਗਿਆ। ਬਿਆਨਾ ਹੋਇਆ ਸੀ, ਉਹਦਾ ਮੁੱਕਰਨ ਮੈਂ ਦਿੰਦਾ ਨਹੀਂ। ਹੋ ਕੇ ਇਕੱਠੇ ਫਰਮਾਇਸ਼ਾਂ ਲਾ ਲਈਆਂ, ਉਹਦਾ ਵੀ ਕੇਸ ਪਾਓ। ਹੁਣ ਕੋਰਟ 'ਚ ਗਿਆ ਕੇਸ, ਇੰਨਾ ਕੰਮ ਕੀਤਾ। ਤਾਂ ਵੀ ਆਹ ਕੰਮ ਕਰਦੇ ਆ ਵੋਟਾਂ ਲੈ ਕੇ। ਫਿਰ ਉਹ ਤਾਂ ਕਹਿੰਦੇ ਅਸੀਂ ਦਰਵੇਸ਼ ਸਿਆਸਤਦਾਨ ਇਹੋ ਜਿਹੇ ਕੰਮ ਨਹੀਂ ਕਰਦੇ। ਆਹ ਸਾਡਾ, ਮੈਂ ਖੁਦ ਬੈਠਾ, ਮੈਂ ਤੁਹਾਡੇ ਵੀ ਬਿਆਨ ਦੇਈ ਜਾਂਦਾ। ਗੁਰਮੀਤ ਮੁੰਡੇ ਦਾ ਨਾਂ ਮੇਰੇ ਦਾ, ਪ੍ਰੋਪਰਟੀ ਦਾ ਕੰਮ ਕਰਦਾ, ਉਹਦੇ 'ਚ ਕੀਤਾ। ਪ੍ਰੋਪਰਟੀ ਡੀਲਿੰਗ ਦਾ? ਹਾਂ ਹਾਂ ਜੀ, ਉਹ ਉਸ ਕੰਮ 'ਚ ਕੀਤਾ। ਅਤੇ ਜੇਕਰ ਆਪਾਂ ਗੱਲ ਕਰੀਏ ਬੀਬੀ ਬਾਦਲ ਦੀ, ਉਹਨਾਂ ਨੇ ਕਿਵੇਂ ਕੰਮ ਹੈ? ਦੇਖੋ ਜੀ, ਪਹਿਲਾਂ ਤਾਂ ਉਹਨਾਂ ਨੇ ਕਰਦੇ ਹੀ ਰਹੇ ਆ, ਪਹਿਲਾਂ ਉਹਨਾਂ ਦੀ ਸਰਕਾਰ 'ਚ ਤਾਂ ਹੁੰਦੇ ਹੀ ਰਹੇ ਕੰਮ। ਹਾਂ, ਬਹੁਤ ਹੁੰਦੇ ਰਹੇ ਕੰਮ ਬਾਦਲ ਵੇ, ਬਹੁਤ ਹੁੰਦੇ ਰਹੇ ਆ। ਮਗਰੋਂ ਪਾਛੂ ਜਿਹੜੇ ਵਿੱਚ ਵੜ ਗਏ ਉਹ ਚੀਜ਼ਾਂ ਹੋਰ ਆ, ਆਪ ਨਹੀਂ ਮਾੜਾ ਸੀ। ਆਪ ਤਾਂ ਬਾਦਲ ਸਾਹਿਬ ਬਹੁਤ ਚੰਗੇ ਸੀਗੇ, ਬਹੁਤ ਆਪ ਨੂੰ ਖਿੱਚਣ ਲੱਗ ਗਏ। ਆਹੀ ਗੱਲ ਹੋਈ ਆ, ਹਰੇਕ ਦੀ ਮਦਦ ਗੱਲ ਸੁਣਦੇ ਸੀ। ਇਹ ਗੱਲ ਸੀ ਵੀ ਆਹੀ ਬਹਿ ਜਾਂਦੇ ਸੀ ਜਿਵੇਂ ਆਪਾਂ ਬੈਠੇ। ਹਾਂ, ਹਾਂ ਹਾਂ ਜੀ। ਅਤੇ ਹੁਣ ਜਿਹੜੇ ਜੀਤਮਿੰਦਰ ਸਿੱਧੂ ਨੂੰ ਟਿਕਟ ਦਿੱਤੀ ਆ ਕਾਂਗਰਸ ਪਾਰਟੀ ਨੇ, ਉਹਨਾਂ ਦਾ ਕੀ ਲੱਗਦਾ? ਦੇਖੋ ਜੀ, ਹੁਣ ਇਕੱਠ ਅਤੇ ਹੁਣ ਕੋਈ ਬੰਦਾ ਨਹੀਂ, ਕਿਸੇ ਨੂੰ ਐਂ ਹੈ ਨਹੀਂ ਗਾ ਵੀ ਕਿਹੜਾ ਬੰਦਾ ਬਣੂਗਾ। ਹੁਣ ਇੱਥੇ ਤੁਸੀਂ ਮੰਨ ਲਓ 5 ਉੱਠੇ ਆ ਜੀ। ਹਾਂ ਹਾਂ, ਜਨਤਾ ਕਿੱਧਰ ਨੂੰ ਉਲਟਦੀ ਲੱਗਦੀ? ਇੱਥੇ ਹੁਣ ਵੇਖੀਏ, ਇਕੱਠ ਤਾਂ ਜੀਤਮਿੰਦਰ ਸਾਹਿਬ ਅਤੇ ਬਹੁਤ ਸੀਗਾ ਜੀ ਇਕੱਠ। ਹਾਂ, ਸਾਡੇ ਤਾਂ ਬਹੁਤ ਸੀਗਾ ਇਕੱਠ। ਜੀਤਮਿੰਦਰ ਸਿੱਧੂ ਆਏ ਸੀ? ਆਏ ਸੀਗੇ, ਆਏ ਸੀ, ਵਧੀਆ ਗੱਲਾਂ ਬਾਤਾਂ ਕਰਕੇ ਗਏ। ਹੋ ਸਕਦਾ ਬਣ ਸਕਦੀ ਹੈ ਸਰਕਾਰ ਦੀ। ਅਤੇ ਬੀਬੀ ਬਾਦਲ ਆਈ ਨਹੀਂ ਹਜੇ ਇੱਥੇ? ਕੋਈ ਨਹੀਂ, ਕੋਈ ਨਹੀਂ ਆਏ, ਨੇੜੇ ਪਿੰਡ 'ਚ ਨਹੀਂ ਆਏ। ਬਾਕੀ ਮੈਂ ਤਾਂ ਤੁਹਾਨੂੰ ਦੱਸਦਾ, ਮੈਨੂੰ ਤਾਂ ਆਈ ਆ
ਸੱਤ ਚ ਆਈ ਆ, ਮੈਂ ਤਾਂ 40 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ, ਮੇਰਾ ਕਾਰਡ ਦੂਜਾ ਬੀ ਪੀ ਐਲ ਦਾ, ਮੇਰਾ ਤਾਂ ਕਿਸੇ ਨੇ ਇੱਟ ਵੀ ਨਹੀਂ ਦਿੱਤੀ, ਬੜੀ ਗੱਲ ਕੀ ਹੈ, ਮੈਂ ਤਾਂ ਕਹਿੰਦਾ ਵੀ ਸਾਰੇ ਮਰ ਜਾਣ ਭੈਣ ਚੋਲ, ਸਹੀ ਗੱਲ, ਧੀ ਚੋਤ ਮੈਂ ਸਰਕਾਰ ਬਣਦੀ ਮੇਰੀ ਕਿਉਂ ਨਹੀਂ ਪੁੱਛਦੀ, ਮੇਰਾ ਢਿੱਡ ਪੱਟ ਹੈ, ਦੁਖੀ ਬੰਦਾ ਮੈਂ ਆ, ਹੈਂ ਮੇਰੀ ਤਾਂ ਬਾਤ ਨਹੀਂ ਸੁਣੀ ਕਿਸੇ ਦੀ, ਮੈਂ ਤਾਂ ਸਾਰਿਆਂ ਨੂੰ ਗਾਲਾਂ ਕੱਢਦਾ ਵੀ ਸ਼ੁਕਰੀਆ ਬਖ, ਮੈਂ ਸਾਡਾ ਕਰਦਾ ਹੀ ਨਹੀਂ ਗਾ, ਬਸ ਇਹੀ ਕੁਛ ਆ ਸਾਡੇ ਤੋਂ। ਪੀ ਪੀ ਐਲ 'ਚ ਤਾਂ ਬਹੁਤ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ, ਸੈਂਟਰ ਗੌਰਮੈਂਟ ਜੀ, ਇੱਕ ਮੈਨੂੰ ਪੰਜੀ ਵੀ ਨਹੀਂ ਹਾਸਲ ਹੋਏਗੀ, ਮੈਨੂੰ ਤਾਂ ਇੱਕ ਪੰਜੀ ਵੀ ਹਾਸਲ ਨਹੀਂ ਹੋਈ, ਸਰਪੰਚ ਬਣ ਜਾਂਦੇ ਕੋਈ ਬਣ ਜਾਂਦੇ, ਮੇਰਾ ਤਾਂ ਕਿਸੇ ਨੇ ਕੁਛ ਨਹੀਂ ਕਰਾਇਆ ਹੈਗਾ, ਆਪਣੇ ਤਾਂ ਕਿਸੇ ਨੂੰ, ਮੈਂ ਤਾਂ ਕਹਿੰਦਾ ਸਾਰੇ ਮਰ ਜਾਣ, ਸਹੀ ਗੱਲ ਨਹੀਂ, ਸਹੀ ਗੱਲ ਆ, ਮੈਂ ਐਡਾ ਦੁਖੀ ਹਾਂ, ਮੇਰਾ ਕਿਸੇ ਨੇ, ਮੈਨੂੰ ਤਾਂ ਕਿਸੇ ਨੇ ਪੰਜੀ ਨਹੀਂ ਦਿੱਤੀ, ਹਾਂ ਉਹਟਾ ਮੇਰੇ ਬੱਚੇ ਦੀ 6 ਸਾਲ ਮੇਰੇ ਬੱਚੇ ਦੀ ਕਣਕ ਨਹੀਂ ਆਈਗੀ, ਨਾ ਨਹੀਂ ਚੜਾਇਆ ਕਿਸੇ ਨੇ, ਅੱਜ ਚੜਾਉਂਦੇ ਸਵੇਰੇ ਚੜਾਉਂਦੇ ਹਾਂ, ਪਿਛਲੀ ਉਮਰ 'ਚ ਆ ਕੇ ਮੇਰੀ ਔਲਾਦ ਹੋਈ ਹੈ ਅਤੇ ਮੈਂ ਦੁਖੀ ਹਾਂ ਕਿੱਡਾ। ਬੀ ਪੀ ਐਲ 'ਚ ਤਾਂ ਕਣਕ ਵੀ ਦੂਸਰੀ ਆਉਂਦੀ ਹੈ ਜਿਵੇਂ ਫਰੀ ਵਾਲੀ, ਸਭ ਬੰਦ ਹੋ ਗਈ, ਆਹ ਵੀ 5 ਕਿਲੋ ਘਟਾਤੀ, 10 ਕਿਲੋ ਕਰਤੀ, ਫਰੀ ਵਾਲੀ ਬੰਦ ਕਰਤੀ, ਕੱਲੀ ਫਰੀ ਵਾਲੀ ਉਹ ਵੀ 5 ਕਿਲੋ ਘਟਾਤੀ, 2 ਰੁਪਏ ਕਿਲੋ, ਉਹ ਤਾਂ ਕਹਿੰਦੇ ਸੀ ਵੀ ਅਸੀਂ ਸਾਰਿਆਂ ਦੇ ਹੁਣ ਕਿਸੇ ਨੂੰ ਡੀਪੂ ਦੇ ਧੱਕੇ ਖਾਣੇ ਨਹੀਂ ਪੈਣੇ, ਘਰੇ ਦੇ ਮਿਲਿਆ ਕਰੂਗੀ, ਹੈ ਕੋਈ ਨਹੀਂ ਕਿਸੇ ਨੂੰ ਘਰੇ ਪਹੁੰਚਾਉਂਦਾ, ਕੋਈ ਨਹੀਂ ਪਹੁੰਚਾਉਂਦਾ ਘਰੇ, 10 ਕਿਲੋ ਆ ਇਹਨਾਂ ਨੇ, ਆਮ ਵਾਲਿਆਂ ਨੇ ਐਡੇ ਵਾਧੇ ਕੀਤੇ ਸੀਗੇ, ਆਮ ਵਾਲੇ ਘਰੇ ਬਹਿ ਗਏ ਬੂਟਾ ਲੈ ਕੇ, ਹੈਂ ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ ਘਰੇ ਕਣਕ ਪਹੁੰਚਾਵਾਂਗੇ, ਹੁਣ ਕੁਛ ਨਹੀਂ ਕਿਸੇ ਨੇ ਕੀਤਾ ਜੀ, ਕੁਛ ਨਹੀਂ, ਬੰਦ ਕਰਤੀ ਇਹਨਾਂ ਨੇ, ਸੈਂਟਰ ਦੀ ਜ਼ਰੂਰ ਆਉਂਦੀ ਹੈ ਮੋਦੀ ਵਾਲੀ, ਉਹ ਆਉਂਦੀ ਹੈ ਜੀ, ਹਾਂ ਉਹ ਵਧੀਆ ਫਰੀ ਵਾਲੀ ਜਿਹੜੀ ਉਹਨਾਂ ਦੀ ਆਈ ਜਾਂਦੀ ਹੈ, ਇਹਨਾਂ ਇੰਨੀ ਕੁ ਹਜੇ ਤਾਂ ਸ਼ੇਰ ਵੀ ਕਿਸੇ ਨੂੰ ਦਿੱਤਾ, ਸੀ ਉਹ ਵੀ ਬੰਦ ਕਰਤੀ, ਹਾਂ ਉਹ ਵੀ ਨਹੀਂ ਕੀਤੀ, ਉਹ ਵੀ 1500 ਹੀ ਹੈ ਉਦੋਂ ਦੀ, ਉਹ ਕਰ ਗਿਆ ਚਰਨਜੀਤ, ਉਹ ਵਿਚਾਰਾ ਉਹ ਕਰ ਗਿਆ 1500, ਇਹਨਾਂ ਦਾ ਨਾਂ ਪੰਜੀਰੀ ਵਧਾਈ ਗਈ ਇਹਨਾਂ ਨੇ। ਅਤੇ ਮਲੂਕਾ ਸਾਹਿਬ ਦੀ ਨੂੰਹ ਪਰਮਪਾਲ ਕੌਰ ਬੀ ਜੇ ਪੀ ਵੱਲੋਂ ਖੜੀ ਹੋਈ ਹੈ, ਉਹਦਾ ਲੱਗਦਾ ਵੀ ਬਣੂ ਮਾਹੌਲ ਐਤਕੀ? ਨਹੀਂ ਜੀ ਸਾਨੂੰ ਨਹੀਂ ਗਿਆ, ਆਏ ਕੋਈ ਇੱਧਰ ਆਉਂਦਾ ਹੀ ਨਹੀਂ, ਕੋਈ ਬਣ ਜਾਂਦਾ ਜਿਹੜਾ ਕੋਈ ਇੱਥੇ ਆਉਂਦਾ ਹੀ ਨਹੀਂ, ਖੜਦਾ ਹੀ ਨਹੀਂ ਇੱਥੇ ਆ ਕੇ, ਖੜੇ ਹੋਏ ਆ ਹਜੇ, ਦੇਖੋ ਜੀ ਚੋਣ ਹੀ ਲੜਦੇ ਆ, ਚੋਣ ਹੀ ਲੜਦੇ, ਇੱਥੇ ਆਏ ਨਹੀਂ ਹਜੇ, ਜਿਵੇਂ 100 ਵੋਟ ਆਏ ਨਹੀਂ ਉਹ ਹਜੇ, ਤਾਂ ਕਿਸੇ ਨੂੰ ਐਂ ਤਾਂ ਪਤਾ ਨਹੀਂ ਲੱਗਦਾ, ਜਿਵੇਂ 100 ਵੋਟ ਆ ਉਹਨੂੰ 30-30% ਪੈ ਗਈ ਜਾਂ 25-25 ਪੈ ਗਈ, ਇਹ ਤਾਂ ਕੋਈ ਐਂ ਨਹੀਂ ਪਤਾ ਲੱਗਦਾ, ਉਹ ਤਾਂ ਜਿੰਨੀਆਂ ਵੋਟਾਂ ਘੱਟ ਹੋਣਗੀਆਂ ਉਹ ਜਿਹਨੂੰ ਵੱਧ ਪੈ ਗਈ 1-2 ਚਲ ਉਹ ਬਣ ਜੂਗਾ, ਹੁਣ ਐਂ ਹੈ ਨਹੀਂ ਉਹ ਵੀ ਪੱਕਾ ਹੀ ਇਹਦਾ ਪਤਾ ਵੀ ਇਹ ਬਣੂਗਾ, ਆਹ ਹੈ ਨਹੀਂ ਪੱਕਾ ਹੀ ਪਤਾ ਵੀ ਆਹ ਹੀ ਬਣੂਗਾ ਬੰਦਾ, ਪਹਿਲਾਂ ਵਾਂਗੂ ਹੈ ਨਹੀਂ, ਜਿਵੇਂ ਪਹਿਲਾਂ ਇੱਕ ਪਾਸੇ ਵੀ ਹੁਣ ਜਿਵੇਂ ਹੁਣ ਵੋਟਾਂ ਖਿਣਗੀਆਂ, ਕੋਈ ਕਿਸੇ ਨੇ ਪਾਉਣੀ ਆ ਕਿਸੇ ਨਹੀਂ, ਅੱਕੇ ਪਏ ਲੋਕ, ਅਤੇ ਪਿੰਡ ਤਾਂ ਸੜਕ 'ਤੇ ਅਕਾਲੀ ਦਲ ਦੇ ਬੜੇ ਝੰਡੇ ਲੱਗੇ, ਅਕਾਲੀ ਦਲ ਦੇ ਤਾਂ ਝੰਡੇ ਉਵੇਂ ਲੱਗੇ ਆ ਸਾਡੇ ਤਾਂ, ਅਸੀਂ ਵੋਟ ਵਾਟ ਨਹੀਂ ਕਿਸੇ ਨੂੰ ਪਾਉਂਦੇ, ਇਹ ਤਾਂ ਉਵੇਂ ਲਾਏ ਕਿਸੇ ਨੇ ਧੱਕੇ ਨਾਲ ਹੀ ਲਾਤੇ, ਅਸੀਂ ਉਹਦਾ ਕੀ ਕਰ ਸਕਦੇ ਹਾਂ, ਸਾਡੇ ਘਰਾਂ 'ਚ ਦੇਖ ਲਓ ਕਿਹਦਾ ਝੰਡਾ ਲੱਗਿਆ, ਸਾਡੇ ਘਰਾਂ 'ਚ ਦੇਖ ਲਓ ਕਿਹਦਾ ਝੰਡਾ ਲੱਗਿਆ, ਜਵਾਕ ਨੇ ਕਹਿ ਦਿੰਦੇ ਲਾ ਦਿੰਦੇ ਉੱਥੇ ਲਾ ਦਿੰਦੇ ਸੜਕ 'ਤੇ, ਸੜਕ ਕਿਹਦੀ ਆ, ਸੜਕ ਕਿਹਦੀ ਮੁੱਲ ਦੀ ਲਈ ਆ, ਅਤੇ ਸੜਕ 'ਤੇ ਜਿਹੜਾ ਮਰਜ਼ੀ ਲਾ ਸਕਦਾ, ਉਹ ਸਾਡੇ ਘਰ ਤਾਂ ਹੈ ਨਹੀਂ, ਜਾਂ ਤਾਂ ਕਿਸੇ ਦੇ ਘਰ ਲਾ ਕੇ ਦਿਖਾਉਣ, ਅਗਲਾ ਵਿਆਹ ਇਹਦੇ ਘਰ ਲਾਉਂਦੇ ਅਸੀਂ ਮਰਜ਼ੀ ਨਾਲ, ਹੁਣ ਤਾਂ ਬਾਈ ਐਂ ਜੇ 100 ਵੋਟ ਆ ਉਹਦੇ 'ਚ ਐਂ ਨਹੀਂ ਪਤਾ ਵੀ ਦੂਜੇ 5% ਪਊਗੀ, ਹੁਣ ਤਾਂ ਅੱਧੋ ਅੱਧੀ ਦਾ ਆਏ ਆ ਵੀ ਜਿਹਨੂੰ 1-2 ਵੱਧ ਪੈਗੀ ਉਹ ਬਣ ਜੂਗਾ, ਹੋਰ ਪੱਕਾ ਪਤਾ ਨਹੀਂ ਵੀ ਇਸ ਨੂੰ ਵੋਟ ਆ ਪਾਊਗਾ ਕਿ ਨਹੀਂ ਪਾਊਗਾ, ਇਉਂ ਐਤਕੀ ਲੱਗਦਾ ਕੀ ਹੈ ਵੀ ਸਾਰੀਆਂ ਹੀ ਵੰਡੀਆਂ ਪਈਆਂ, ਝਾੜੂ ਨੂੰ ਵੀ ਪਊਗੀ, ਅਕਾਲੀਆਂ ਨੂੰ ਵੀ, ਕੋਈ ਨਹੀਂ ਲੱਗਦਾ ਕਿਸੇ ਦੇ ਮਗਰ, ਆਪਦੇ ਆਪਦੇ ਕਰਦੇ ਆ ਸਾਰੇ ਮਾਲਕ, ਕੋਈ ਨਹੀਂ ਲੱਗਦਾ ਕਿਸੇ ਦੇ, ਹੁਣ ਤਾਂ 5-5 ਜਾਣੇ ਉਵੇਂ ਬਣੇ ਖੜੇ ਆ, ਉਹ ਜਿਹੜੀ ਤੂੰ ਉੱਥੇ ਝੰਡਾ ਦੇਖਦਾ ਨਾ ਉਹ ਤਾਂ ਉਵੇਂ ਲਾ ਛੱਡੇ ਆ, ਕੋਈ ਨਹੀਂ ਕਿਸੇ ਨੂੰ ਵੋਟ ਪਾਉਂਦਾ, ਉਹ ਤਾਂ ਇਹ ਆ ਵੀ ਹੱਥ ਨੇ ਵੇਲੇ ਅਸੀਂ ਦੇਖ ਜਾਂਦੇ ਹਾਂ ਠੇਕੇ 'ਤੇ ਜਾਂਦੇ ਵੀ ਭਾਈ ਉੱਥੇ ਝੰਡੇ ਲੱਗੇ ਆ,
ਠੇਕੇ ਤੇ ਵੀ ਲੱਗਿਆ ਵੀ ਆਏ ਆ। ਉਹ ਤੇ ਕਿਹੜਾ ਕਿਸੇ ਸਰਕਾਰ ਸੜਕ ਤੇ ਕੋਈ ਵੀ ਲਾ ਸਕਦਾ, ਜੇ ਕਿਸੇ ਦੇ ਘਰੇ ਲਾਵੇ ਤਾਂ ਫੇਰ ਜਗ੍ਹਾ ਵੀ ਉਹਨਾਂ ਦੀ ਆ ਨਾ, ਝੰਡੇ ਤਾਂ ਲਾਈ ਜਾਂਦੇ ਆ, ਝੰਡੇ ਤਾਂ ਲਾਈ ਜਾਂਦੇ ਆ, ਝੰਡਿਆਂ ਦਾ ਕੋਈ ਗੱਲ ਨੀ, ਵੋਟ ਤਾਂ ਮੰਨਣੀ ਪੈਣੀ ਆ ਜੀ। ਪੁੱਤ ਨੀ ਆਖੇ ਲੱਗਦਾ ਗਾ ਵੀ ਤੂੰ, ਜੇ ਮੈਂ ਪੁੱਤ ਨੂੰ ਆਖਿਆ ਤੂੰ ਜਾਊਦਾ ਫਿਰ ਪਹਿਲਾਂ ਤੋਂ ਮੈਂ ਉਹਦੀ ਮਰਜ਼ੀ ਕਰੂੰਗਾ। ਆਹ ਹੁਣ ਹੈ ਨੀ ਤੁਲਮੀ ਵੋਟ, ਤੁਲਮੀ ਵੋਟ ਨੀ ਪਤਾ ਲੱਗਦਾ। ਪਹਿਲਾਂ ਝਾੜੂ ਨੂੰ ਪਾਈਆਂ ਸੀ, ਹੈਂ ਝਾੜੂ ਨੂੰ ਪਾਈਆਂ ਸੀ ਪਹਿਲਾਂ, ਝਾੜੂ ਨੂੰ ਆਪਾਂ ਤਾਂ ਪਾਈਆਂ ਨੀ ਜੀ, ਆਪਾਂ ਤਾਂ ਪਾਈਆਂ ਨੀ, ਆਪਾਂ ਤਾਂ ਅਕਾਲੀ ਦਲ ਨੂੰ ਪਾਈਆਂ, ਜਿਹੜੀ ਗੱਲ ਆ ਉਹੀ ਆਖਾਂਗੇ, ਮੁੱਢ ਤੋਂ ਹੀ ਆ ਜਮਾਂ ਬਾਦਲ ਵੇਲੇ ਤੋਂ ਨਾ ਉੱਤੇ ਆ, ਕੋਈ ਜਿੱਤੇ ਕੋਈ ਹਾਰੇ ਨਾ ਆਪਾਂ ਮਗਰਾ ਕੀਤਾ। ਹੁਣ ਲਾਡਲੇ ਘੋੜ ਹੋਏ ਪਏ ਨਾ ਤੇ ਕੋਈ ਭੇਤ ਨੀ ਅੱਜ ਕੱਲ। ਹਾਂ ਤੇ ਜਿਹੜੇ ਆਪਾਂ ਗੱਲ ਕਰੀਏ ਕਾਂਗਰਸ ਦੇ ਹੁਣ ਜੀਤ ਮਹਿੰਦਰ ਸਿੱਧੂ ਤੁਹਾਡੇ ਪਿੰਡ 'ਚ ਆਏ ਸੀ, ਉਹ ਕੀ ਕਹਿ ਕੇ ਗਏ? ਉਹ ਆਪਦੀ ਪਾਸਿਆ ਕਰਕੇ ਜੀ, ਆਪੋ ਆਪਣੀ ਪਾਸਿਆ, ਇਹ ਨਹੀਂ ਆਪਦੇ ਪਾਸਿਆ, ਉਹ ਆਪਦੇ ਢਿੱਡੋਂ ਬਹੁਤ ਵਧੀਆ ਕੀਤੀ ਆ, ਜਿਹੜਾ ਅਜੇ ਦੋ ਹੀ ਆਏ ਨਾ, ਉਹ ਵੀ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀਗੇ। ਹਾਂ ਗੱਲ ਤਾਂ ਇੱਥੇ ਹੀ ਮੁੱਕਦੀ ਨਾ ਗੱਲ ਤਾਂ, ਵੀ ਉਹ ਤਾਂ ਫਰ ਜਾਂਦੇ ਆ ਅਤੇ ਫਿਰ ਅਸੀਂ ਕਿੱਧਰ ਨੂੰ ਜਾਈਏ, ਐਵੇਂ ਹਿਸਾਬ ਲਾਓ, ਉਹ ਤਾਂ ਘੁੱਕ ਜਾਂਦੇ ਨੇ ਅਤੇ ਘੁੱਕਣ ਵਾਲੇ ਆਪੇ ਹਿਸਾਬ ਲਾ ਲਓ ਫਿਰ ਕੀ ਬਣਦਾ ਹੁੰਦਾ, ਉਸੇ ਬੰਦੇ ਨਾਲ ਪਹਿਲਾਂ ਮਗਰ ਫਿਰਨਾ ਫਿਰ ਉਹਨੂੰ ਨਿੰਦਣਾ, ਇਹ ਕੋਈ ਕਾਨੂੰਨ ਤਾਂ ਹੈ ਨਹੀਂ ਗਾ। ਇਹ ਤਾਂ ਸਾਨੂੰ ਇੱਕ ਮੁੱਲ ਲੈਣਾ ਜਨਤਾ ਨੂੰ, ਅਤੇ ਉਹ ਤਾਂ ਫਿਰ ਲਾੜਲਾ ਘੋਲ ਹੋ ਗਿਆ ਉਹਨਾਂ ਦਾ ਤਾਂ ਸਮਝ ਗਏ। ਇੱਥੇ ਨੇੜਲੇ ਪਿੰਡ ਹੈ ਬਾਦਲ ਸਾਹਿਬ ਦੇ, ਜਮਾਂ ਇਹ ਕਿਹਾ ਜਾਂਦਾ ਵੀ ਜੱਦੀ ਪਿੰਡ ਆ, ਘਰ ਹੈ, ਗੜ੍ਹ ਹੈ ਇਹ ਬਾਦਲ ਸਾਹਿਬ ਦਾ, ਇਸ ਇਹਦੇ ਵਿੱਚ ਫਿਰ ਪਕੜ ਢਿੱਲੀ ਕਿਉਂ ਹੋਈ, ਬਾਦਲ ਸਾਹਿਬ ਕਿਉਂ ਹਾਰ ਗਏ ਐਤਕੀ? ਉਹ ਬਾਦਲ ਸਾਹਿਬ ਤੁਹਾਨੂੰ ਦੱਸੀ ਜਾਂਦੇ ਚੋਲਾ ਛੱਡ ਗਿਆ, ਉਦੋਂ ਮਗਰੋਂ ਲਾਡਲੇ ਘੋਲ ਕਰ ਲਏ ਇਹਨਾਂ ਨੇ। ਨਹੀਂ ਨਹੀਂ ਬਾਦਲ ਸਾਹਿਬ ਚੋਲਾ ਪਹਿਲਾਂ ਹਾਰ ਗਏ ਸੀ ਫਿਰ ਹੀ ਛੱਡਿਆ, 2022 ਚ ਨਹੀਂ ਹਾਰੇ, ਉਹ ਕਿਉਂ ਹਾਰ ਗਏ ਸੀ? ਲੋਕਾਂ ਦਾ ਬਦਲਾਅ ਹੀ ਹੋ ਗਏ, ਬਦਲਾਅ ਬਸ ਬਦਲਾਅ ਨਹੀਂ ਬਸ ਹੋ ਗਏ ਵੀ ਚੱਲ ਸਰਕਾਰ ਬਦਲ ਜੇ ਕੀ ਕੋਈ ਚੰਗੇ ਕੰਮ ਹੋਣ ਲੱਗ ਜਾਣ, ਵੀ ਇਹਨਾਂ ਦੀ ਤਾਂ ਫਿਰ ਵਾਰੀ ਸੀਗੀ ਕਾਂਗਰਸ ਦੀ ਘਰੀ ਗਾਂਧੀਆਂ ਦੀ, ਇਹਨਾਂ ਨੇ ਫਿਰ ਕੁਛ ਵੀ ਨਹੀਂ ਕੀਤਾ ਗਏ। ਹੁਣ ਭਗਵੰਤ ਮਾਨ ਆਖਦਾ ਮੈਂ ਨੌਕਰੀਆਂ 40,000 ਦੇ ਦਿੱਤੀਆਂ ਅਤੇ ਇੰਨੀਆਂ ਦੇ ਦਿੱਤੀਆਂ, ਅਤੇ ਨੌਕਰੀਆਂ ਕੀ ਪਤਾ ਕਿਹੜੇ ਪਾਸੇ ਦਿੱਤੀਆਂ ਜੀ, ਸਾਡੇ ਪਿੰਡ 'ਚ ਇੱਕ ਮੁੰਡਾ ਨਹੀਂ ਲੱਗਿਆ ਕੋਈ। ਹਾਂ ਉਹ ਤਾਂ 43,000 ਨੌਕਰੀਆਂ ਕਹੀ, ਹਾਂ ਫਿਰ ਇੱਥੋਂ ਆਪਣੇ ਲੱਗੇ ਹੀ ਨਹੀਂ ਕੋਈ, ਆ ਫਿਰਦੇ MA BA ਪੜ੍ਹੇ, ਕੋਈ ਨਹੀਂ ਕਿਸੇ ਨੇ ਲਾਈ ਗਈ ਨੌਕਰੀ। ਅਤੇ ਨਸ਼ਾ ਇੱਥੇ ਕਿਵੇਂ? ਨਸ਼ਾ ਵਾਧੂ ਚੱਲਦਾ, ਨਸ਼ਾ ਤਾਂ ਪੁੱਛੋ ਨਾ, ਇਹਦਾ ਪਿੰਡ ਪਿੰਡ ਹੀ ਹੋ ਗਿਆ। ਹਾਂ ਹਾਂ ਇਹ ਤਾਂ ਖੁਸ਼ੀ ਆਖੋ, ਇਹ ਤਾਂ ਨਸ਼ਾ ਤਾਂ ਕਹਿਣ ਦੀ ਗੱਲ ਹੀ ਨਹੀਂ ਰਹੇਗੀ ਹੁਣ ਹੁਣ ਵਾਲੇ ਮੰਡੀਰ ਦੀ। ਨਹੀਂ ਨਸ਼ਾ ਫਿਰ ਬੰਦ ਨਹੀਂ ਹੋਣਾ ਚਾਹੀਦਾ, ਨਸ਼ੇ ਦਾ ਕੋਈ ਮੁੱਦਾ ਨਹੀਂ, ਇਹਦਾ ਕੋਈ ਅਸੀਂ ਦੱਸਦੇ ਬੰਦ ਹੋਵੇ, ਅਸੀਂ ਦੱਸਦੇ ਵੀ ਜਿਹੜੇ ਇਹ ਫੀਮ ਪੋਸਟ ਬੰਦ ਕੀਤੇ ਉਹ ਚੀਜ਼ ਨੇ ਨਸ਼ੇ ਚੱਲਾ ਤੇ, ਇਹਦੀਆਂ ਫੈਕਟਰੀਆਂ ਖੁੱਲ੍ਹ ਗਈਆਂ, ਕੋਈ ਅੱਛਾ ਮੈਨੂੰ ਫੜ ਲਿਆ ਤੈਨੂੰ ਫੜ ਲਿਆ ਅਤੇ ਫੈਕਟਰੀਆਂ ਕਿਉਂ ਨਹੀਂ ਫੜੀ ਦੀਆਂ, ਜੇ ਉਹ ਹੈ ਕਰਨ ਤਾਂ ਕਿਉਂ ਨਹੀਂ ਬੰਦ ਹੁੰਦੀਆਂ, ਮੇਰੇ ਕੋਲ ਆ ਗਈ ਤਾਂ ਫੜੀ ਗਈ ਅਤੇ ਆਉਂਦੀ ਤਾਂ ਕਿੱਥੋਂ ਆਉਂਦੀ ਤਾਂ ਤੁਰੋਂ ਆ ਨਾ, ਉਹ ਚੀਜ਼ਾਂ ਦਾ ਕੋਈ ਗੌਰ ਨਹੀਂ। ਅਤੇ ਜੇਕਰ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਜਿਹੜੇ ਨਸ਼ੇ ਦੀ ਇੱਥੇ ਹੁੰਦਾ ਪਿੰਡ 'ਚ ਪਹਿਲਾਂ ਨਾਲੋਂ ਹੁਣ ਕਿੰਨਾ ਫਰਕ? ਨਹੀਂ ਜੀ ਨਸ਼ਾ ਤਾਂ ਇਹ ਰੁਕਦਾ ਹੀ ਨਹੀਂ, ਪਹਿਲਾਂ ਵੀ ਇੰਨਾ ਹੀ ਸੀ,
ਪਹਿਲਾਂ ਉਹ ਫੀਮਾਂ ਵੇਲੇ ਸਾਡੇ ਵੇਲੇ ਹੈ ਨਹੀਂ ਸੀ, ਜਿਹੜਾ ਚਿੱਟੇ ਦਾ ਨਸ਼ਾ ਸੀਗਾ ਕਹਿੰਦੇ ਸੀਗੇ ਵੀ ਬਾਦਲ ਹੀ ਲੈ ਕੇ ਆਏ ਆ ਨਸ਼ਾ, ਇਹ ਸੱਚੀ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਲਿਆ ਆ ਕੌਣ ਨਹੀਂ, ਅਸੀਂ ਆਪ ਇਲਜ਼ਾਮ ਲਾਉਂਦੇ ਹੁੰਦੇ ਸੀ ਲਾਈ, ਉਹ ਕੋਈ ਆਸੇ ਲਾਉਂਦੇ ਆ ਨਾ, ਅਸੀਂ ਤਾਂ ਪਿੰਡਾਂ 'ਚ ਨਹੀਂ ਕੁਛ ਕਹਿ ਸਕਦੇ ਕਿਸੇ ਨੂੰ ਵੀ ਕੌਣ ਲਿਆ ਆ, ਅਸੀਂ ਤਾਂ ਆਏ ਹਾਂ ਤਾਂ ਫੀਮ ਪੋਸਟ ਬੰਦ ਹੋਇਆ ਤੇ ਆਇਆ, ਉਹਦੇ ਨਾਲ ਕੰਮ ਵੀ ਕਰਦੇ ਸੀ, ਲੋਟ ਪੋਟ ਵੀ ਨਹੀਂ ਹੁੰਦੇ ਸੀ, ਉਹ ਬੰਦ ਹੋ ਗਿਆ ਕਹਿਣ ਨਸ਼ੇ ਚੱਲ ਜਾਨ ਨਹੀਂ ਜਾਂਦੀ, ਹਾਂ 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 ਕਰਦੇ ਸੀ ਵਾਧੂ ਕਹੇ ਨਹੀਂ, ਨਸ਼ਾ ਬਹੁਤ ਵਧੀਆ ਸੀ ਪੋਸਟ, ਉਹਦਾ ਮਤਲਬ ਚੰਗਾ ਸੀ ਉਹ ਨਸ਼ਾ ਪੋਸਟ ਵਧੀਆ ਵਧੀਆ, ਅਜੇ ਵੀ ਸਰਕਾਰ ਜੇ ਕਿਸੇ ਵਜਾਉਣ ਲੱਗ ਜਾਣ ਤੇ ਕੋਈ ਨਸ਼ਾ ਆਉਂਦਾ ਹੀ ਨਹੀਂ ਬਾਹਰੋਂ, ਦੂਜਾ ਹੀ ਦੂਜਾ ਚਿੱਟਾ ਨਹੀਂ ਹੁੰਦਾ, ਬੰਦ ਹੋਈ ਨਹੀਂ ਨਾ ਫੀਮ ਬੰਦ ਹੋਈ ਆ ਨਾ ਪੋਸਟ ਬੰਦ ਹੋਇਆ, ਉਹ ਆਈ ਵੀ ਜਾਂਦੇ ਨੇ ਵੀ ਕਿਉਂ ਆਉਂਦੇ ਆ ਫਿਰ ਮਹਿੰਗੇ ਹੋ ਗਏ, ਹਾਂ ਮਹਿੰਗੇ ਤਾਂ ਬੇਫੇਦੇ ਤਾਂ ਇਹ ਪੁੜੀ ਪੁੜੀ ਉਹੀ ਗੱਲ ਕਿਤੇ ਵੱਜੀ, ਹੁਣ ਮੰਨ ਲਓ 2500 ਨੂੰ ਹੈ ਆਪਣੇ 5000 ਨੂੰ ਕਿਲੋ, ਹਾਂ 5000 ਨੂੰ ਹੈ, ਕਿਹੜਾ ਬੰਦਾ ਖਾ ਲੂਗਾ ਕਿਲੋ ਲੈ ਕੇ, ਜ਼ਿਆਦਾ ਤਾਂ ਖਾ ਜਾਂਦੇ ਜੇ ਖਾਂਦੇ ਵੀ ਆ, ਪਹਿਲਾਂ ਤਾਂ ਸਮਾਂ ਮਜ਼ਦੂਰ ਲੈ ਆਉਂਦਾ ਸੀ ਖਾ ਕੇ ਕੰਮ ਵੱਧ ਕਰ ਕੰਮ ਕਰਦਾ ਸੀ ਜੀ, ਬਹੁਤ ਕੰਮ ਹਾਂ, ਉਦੋਂ ਤਾਂ ਹਰੇਕ ਦੇ ਜੇਬਾਂ 'ਚ ਫੀਮ ਹੁੰਦੀ, ਪੋਸਟ ਦੱਬੇ ਭਰੇ ਪਏ ਹੁੰਦੇ, ਕੋਈ ਇਹ ਨਹੀਂ ਸੀ ਸਾਡੇ ਪਰਿਵਾਰ 'ਚ ਮੈਂ ਜ਼ਰੂਰ ਖਾ ਲਿਆ, ਉਹ ਵੀ 5000 ਮਹੀਨੇ ਦਾ, ਆਪਾਂ ਨਸ਼ਾ ਨਹੀਂ ਕਰਕੇ ਨਹੀਂ ਖਾਧਾ, ਅਤੇ ਨਹੀਂ ਸਾਡੇ ਘਰ 'ਚ ਨਸ਼ਾ ਹੀ ਨਹੀਂ, ਨਾ ਸ਼ਰਾਬ ਨਾ ਗੋਲੀ ਨਾ ਕੁਛ, ਨਾ ਮੇਰਾ ਮੁੰਡਾ ਨਾ ਕੁਛ ਵੀ ਨਹੀਂ ਆ ਸਾਡੇ ਘਰ ਦੇ ਵਿੱਚ ਜਮਾਂ ਰਹਿ ਤਾਂ, ਉਹ ਵੀ ਆਪਦੀ ਉਮਰ 'ਚ ਖਾਧਾ ਅਤੇ ਪਹਿਲਾਂ ਮਾਰਿਆ ਚਲਾ ਕੇ ਜੋ ਸ਼ੌਟ ਹੋਈ, ਮੈਂ ਕਿਹਾ ਵੀ ਨਾ ਖਾਣਾ ਹੀ ਨਹੀਂ, ਹੁਣ ਇਹਦਾ ਮੁੱਦਾ ਬਣਾਉਂਗੇ ਨਸ਼ੇ ਨੂੰ ਕਿ ਨਹੀਂ ਬਣਾਉਂਗੇ, ਅਸੀਂ ਤਾਂ ਇਹੋ ਜੇ ਮਤਲਬ ਨਸ਼ਾ ਜਿਹੜਾ ਚਿੱਟਾ ਉਹਦੇ ਨਾਲ ਨੌਜਵਾਨ ਮਰੀ ਜਾਂਦੇ, ਇਹ ਬੰਦ ਕਰਾਉਣ ਦਾ ਮੁੱਦਾ ਇਸ ਵਾਰ ਕਹੋਗੇ ਕਿ ਨਹੀਂ ਲੀਡਰਾਂ ਨੂੰ ਜੀ, ਪੰਚਾਇਤਾਂ ਵੀ ਇਕੱਠੀਆਂ ਕਰ ਕਰਕੇ ਵੇਖ ਲਈਆਂ, ਪਿੰਡਾਂ 'ਚ ਵੀ ਤੁਰ ਪਏ ਪਰ ਨਹੀਂ ਇਹ ਨਹੀਂ ਰੁਕੇ, ਨਾਕੇ ਬਥੇਰੇ ਲਾ ਲਏ ਸੜਕਾਂ 'ਤੇ, ਚਿੱਟਾ ਨਹੀਂ ਬੰਦ ਹੋਇਆ ਪੋਸਟ ਬੰਦ ਹੋ ਗਿਆ, ਪੋਸਟ ਬੰਦ ਹੋ ਗਿਆ ਚਿੱਟਾ ਨਹੀਂ ਬੰਦ ਹੋਇਆ, ਚਿੱਟਾ ਸੰਬੰਧੀ ਹੋਰ ਨਸ਼ੇ ਗੋਲੀਆਂ ਗਾਉਟੇ ਚੱਲ ਗਏ, ਗੋਲੀਆਂ ਗਾਉਟੇ ਬਥੇਰੇ ਖਾਈ ਜਾਂਦੇ, ਇਹਨਾਂ ਨੇ ਵਾਧੇ ਕੀਤੇ ਸ਼ਾਮ ਵਾਲਿਆਂ ਨੇ, ਠੇਕੇ ਖਿਲਾ ਦਿਆਂਗੇ ਅਸੀਂ, ਪੋਸਟ ਸਸਤਾ ਕਰ ਦਾਂਗੇ, ਇਹਨਾਂ ਨੇ ਕੁਛ ਨਹੀਂ ਕੀਤਾ, ਹਾਂ ਘਰ ਇੱਕ ਉਹਦੇ ਮੁੰਡੇ ਆਏ ਉੱਠੇ ਆ, ਟਰੈਕਟਰ ਭੰਨ ਤੇ ਜੀਪਾਂ ਕਾਰਾਂ ਭੰਨ ਤੀਆਂ, ਇਹਨਾਂ ਚੀਜ਼ਾਂ 'ਚ ਐਚਣੇ ਪਏ ਆ, ਇਹ ਨਸ਼ਾ ਤਾਂ ਇਹੋ ਜਿਹੀ ਚੀਜ਼ ਹੈ, ਹੁਣ ਮੁੰਡੇ ਕਿਤੇ ਅੱਡੋ ਅੱਡ ਬੈਠੇ ਅਤੇ ਉਹ ਕਿਤੇ ਬੈਠੇ, ਇਹ ਨਸ਼ੇ ਨੇ ਆਹ ਕੰਮ ਕਰਤਾ, ਟੀਕੇ ਲਾ ਲੈ ਕੇ ਵਿਚਾਰੇ, ਜੇ ਹੁਣ ਨਸ਼ੇ ਆਉਂਦੇ ਆ ਤਾਂ ਫਿਰ ਹੀ ਮਰਦੇ ਜਵਾਕ, ਹੁਣ ਬਥੇਰਾ ਰੋਕਦੇ ਹਾਂ ਨਹੀਂ ਰੋਕਦੇ ਗੇ, ਜਦੋਂ ਆ ਹੀ ਜਾਂਦਾ ਚਿੱਟਾ ਬੰਦ ਹੀ ਨਹੀਂ ਹੁੰਦਾ ਹੈਗਾ, ਹੁਣ ਤਾਂ ਗੋਲੀਆਂ ਲਾਈ ਜਾਂਦੇ, ਕੋਈ ਚਿੱਟਾ ਲਾਈ ਜਾਂਦੇ, ਕੋਈ ਕੁਛ ਕਰੀ ਜਾਂਦੇ ਨਸ਼ੇ, ਉਦੋਂ ਵੱਧ ਗਏ ਚਿੱਟੇ ਵਾਲਿਆਂ ਨੂੰ ਫੜਦੇ ਨਹੀਂ, ਪੋਸਟ ਵਾਲਿਆਂ ਨੂੰ ਫੜ ਲੈਂਦੇ, ਇੱਥੇ ਕਿਹੜੇ ਪੋਸਟ ਆਵੇ ਜੀ ਵੀ ਖਾ ਕੇ ਕੰਮ ਤਾਂ ਕਰਨ, ਕੋਈ ਕੋਈ ਮਰਦਾ ਤਾਂ ਨਹੀਂ ਪੋਸਟ ਨਾ, ਆ ਚਿੱਟਾ ਆਈ ਜਾਂਦਾ ਚਿੱਟੇ ਲਾ ਲਾ ਮਰੀ ਜਾਂਦੇ, ਪੋਸਟ ਬੰਦ ਕਰੀ ਜਾਂਦੇ, ਉਹ ਮਹਿੰਗਾ ਕਰਤਾ ਜੀ ਤੂੰ ਗੁਣਾ ਸਮਝੀ, ਨਸ਼ਾ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦਾ ਇਸ ਵਕਤ ਹੈਗਾ, ਅਤੇ ਨਾਲ ਨਾਲ ਲੀਡਰਾਂ ਦੇ ਵਾਅਦੇ ਵੀ ਉਹ ਓਡਾ ਹੀ ਵੱਡਾ ਮੁੱਦਾ ਬਣਦੇ ਜਾ ਰਹੇ ਆ, ਲੀਡਰ ਵਾਅਦੇ ਕਰਦੇ ਆ ਦਾਅਵੇ ਕਰਦੇ ਆ ਪਰ ਲੋਕ ਦੀਆਂ ਸਮੱਸਿਆਵਾਂ ਅਤੇ ਲੋਕ ਉੱਥੇ ਦੇ ਉੱਥੇ ਖੜ੍ਹੇ ਰਹਿੰਦੇ ਆ, ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਹੜਾ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਇਹਨਾਂ ਚੋਣਾਂ ਦੇ ਵਿੱਚ ਹਾਵੀ ਹੋਊਗਾ, ਤੁਸੀਂ ਵੀ ਜ਼ਰੂਰ ਆਪਣੀ ਰਾਏ ਦੇਣਾ, ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਬਹੁਤ ਬਹੁਤ ਧੰਨਵਾਦ।